टूगेट गॉडेस का मंत्री साहबान और कुलदीप धारीवाल जी मंत्री साहबान ने, नितिन साहब मंत्री ने, टीटीओ साहब खड़े ने, लालजीत भुल्लर है थोड़ा इलाके में जो 30 किलोमीटर में 4-5 मंत्री मिले हुए हैं। सो पर तुसी पर तू हां जी एक कदम बोलदा ਸਾਡੇ ਤੁਸੀਂ ਨਾ ਜੋ ਦੇਖੋ ਤੁਸੀਂ ਇੱਕ ਗੱਲ ਕਹੀ ਕਿ ਸਾਰੇ ਰਲ ਕੇ ਕੰਮ ਕਰਨਾ ਚਾਹੀਦਾ, ਸਾਰੇ ਕਦੋਂ ਕੰਮ ਕੀਤਾ ਹੋਊਗਾ। ਦੇਖੋ ਮੈਂ ਮੈਂਬਰ ਪਾਰਲੀਮੈਂਟ ਕਾਂਗਰਸ ਤੋਂ ਕੰਮ ਪ੍ਰੋਜੈਕਟ ਅਪਰੂਵ ਕਰਾਏ ਬੀਜੇਪੀ ਤੋਂ ਉਦਘਾਟਨਾ ਬਾਬੇ ਕਰਦੀ ਚਾਹੀਦਾ ਨਾ, ਕੋਈ ਜਿੱਤੇ ਕਿੰਤੂ ਰੋਤ ਨਾ ਹੋਵੇ। ਸੋ ਮੈਨੂੰ ਮਾਣ ਆ ਅਸੀਂ ਇਕੱਠੇ ਕੰਮ ਕਰਦੇ ਰਹੇ ਹਾਂ। ਸੋ ਇਹ ਦੇਖੋ ਇਹ ਹੈਲਥੀ ਚੀਜ਼ਾਂ ਨੇ, ਜ਼ਰੂਰੀ ਨਹੀਂ ਪਾਰਟੀ ਕੋਈ ਵੀ ਮਾੜੀ ਨਹੀਂ, ਬੰਦੇ ਜੇ ਕਿਸੇ ਵੇ ਵਿੱਚ ਪਾਰਟੀ ਚ ਵੱਧ ਘੱਟ ਹੋ ਸਕਦੇ ਆ, ਪਾਰਟੀ ਦਾ ਕਿਸੇ ਦਾ ਸੁਧਾਰੇ ਨਹੀਂ ਆਉਂਦਾ ਕਿ ਕੋਈ ਗਲਤ ਕੰਮ ਹੋਊਗਾ। ਸੋ ਅਸੀਂ ਸ਼ਹਿਰ ਨੂੰ, ਮੈਂ ਹਮੇਸ਼ਾ ਇਹਨਾਂ ਨੂੰ ਕਿਹਾ ਕਿ ਜਿੱਥੇ ਆਪੋਜੀਸ਼ਨ ਦੇ ਤੌਰ ਤੇ ਤੁਹਾਨੂੰ ਕਿਤੇ ਵੀ ਲੋੜ ਹੋਵੇ ਅਸੀਂ ਸ਼ਹਿਰ ਵਾਸਤੇ ਤਤਪਰ ਹੈ, ਇਕੱਠੇ ਕੋਈ ਮਸਲਾ ਨਹੀਂ। ਇਹਨਾਂ ਨੂੰ ਪੁੱਛਣਾ ਸਾਰੇ MLA MP ਸਰਪੰਚ ਵੀ ਇਹਨਾਂ ਤੋਂ ਪਹਿਲਾਂ ਵੀ ਜਿਹੜੇ ਰਹੇ ਨੇ ਸਾਰਿਆਂ ਨਾਲ ਗੱਲਬਾਤ ਕਰਕੇ ਉੱਥੇ ਸਾਡੇ ਪਲੇਟਫਾਰਮ ਤੇ ਗੱਲ ਕਰੀਏ। ਸੋ ਅਸੀਂ ਤੁਹਾਡੇ ਆ, ਤੁਸੀਂ ਸਾਡੇ ਦੇ, ਅਸੀਂ ਸਾਰੇ ਪੰਜਾਬ ਦੇ, ਅਸੀਂ ਸਾਰੇ ਅੰਮ੍ਰਿਤਸਰ ਦੇ, ਚਾਹੇ ਕਿਸੇ ਵੀ ਪਾਰਟੀ ਦੇ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਬ੍ਰਾਂਚ ਜੀ ਦਾ, ਬਹੁਤ ਬਹੁਤ ਧੰਨਵਾਦ ਕਿ ਤੁਸੀਂ ਇੱਥੇ ਆ ਕੇ ਸਾਡਾ ਮਾਣ ਵਧਾਇਆ। ਮੈਂ ਇਹੀ ਗੱਲ ਕਹਿਣਾ ਕਿ ਜਿਵੇਂ ਹੁਣ ਅਮਰੀਕਾ ਕੈਨੇਡਾ ਦੇ ਵਿੱਚ ਉਹ ਇਲੈਕਸ਼ਨ ਤੋਂ ਬਾਅਦ ਆਪਸ 'ਚ ਜਿਹੜੇ ਕਰਤਨ ਨਹੀਂ ਰੱਖਦੇ ਉਹ ਕਿ ਇੱਕ ਦੂਜੇ ਨਾਲ ਬੋਲਣਾ ਨਹੀਂ ਜਾਂ ਕੋਈ ਆਪਾਂ ਤਾਂ ਇੱਥੇ ਦੁਸ਼ਮਣੀਆਂ ਪੈ ਜਾਂਦੀਆਂ ਨੇ। ਸੋ ਮੈਂ ਚਾਹੁੰਦਾ ਕਿ ਡੈਮੋਕ੍ਰੈਟਿਕ ਰਾਈਟ ਹੈ ਜਿਹੜੀ ਮਰਜ਼ੀ ਪਾਰਟੀ ਵੱਲ ਹੋ ਜਾਓ, 5 ਸਾਲਾਂ 'ਚ ਵੋਟਾਂ ਇੱਕ ਵਾਰੀ ਆਉਂਦੀਆਂ ਨੇ, 2 ਮਹੀਨੇ ਲਾ ਲਓ, 2 ਮਹੀਨੇ ਤੁਸੀਂ ਜਿਹੜੀ ਮਰਜ਼ੀ ਪਾਰਟੀ ਵੱਲ ਡੈਮੋਕ੍ਰੈਟਿਕ ਰਾਈਟ ਹੈ। ਮੈਂ ਲੋਕਾਂ 'ਚ ਵੀ ਜਾ ਕੇ ਪਿੰਡਾਂ 'ਚ ਹੀ ਕਹਿਣਾ ਹਾਂ, 2 ਮਹੀਨੇ ਜਿਹੜੀ ਮਰਜ਼ੀ ਪਾਰਟੀ ਨਾਲ ਹੋ ਜਾਓ 60 ਦਿਨ, ਪਰ ਜਿਹੜੇ ਬਾਕੀ ਸਾਪ ਆਉਣੇ 5 ਸਾਲ ਨੇ ਉਹ ਪਿੰਡ ਲਈ, ਉਹ ਪੰਜਾਬ ਲਈ, ਉਹ ਸ਼ਹਿਰ ਲਈ ਇਕੱਠੇ ਰਹੋ। ਤਾਂ ਕਿ ਅਸੀਂ ਉੱਥੇ ਦੇਖਦੇ ਰਹੇ ਹਾਂ, ਅਸੀਂ ਦੇਖਦੇ ਰਹੇ ਹਾਂ ਉੱਥੇ ਲੋਕ ਸਭਾ 'ਚ ਸਾਊਥ ਵਾਲੇ ਜਿਹੜੇ ਨੇ, ਕੇਰਲਾ ਵਾਲੇ ਜਾਂ ਤਾਮਿਲਨਾਡੂ ਵਾਲੇ, ਜਦੋਂ ਉਹਨਾਂ ਦੀ ਕੋਈ ਆਂਧਰਾ ਵਾਲੇ ਦੀ, ਜਦੋਂ ਉਹਨਾਂ ਦੀ ਕੋਈ ਸਟੇਟ ਦਾ ਮੁੱਦਾ ਆਉਂਦਾ ਹੈ ਉਦੋਂ ਉਹ ਸਾਰੇ ਇਕੱਠੇ ਹੋ ਜਾਂਦੇ। ਇੱਕ ਮਿੰਟ ਜਾ ਕਿੰਨੀਆਂ ਵਧੀਆ ਗੱਲਾਂ ਚੱਲਦੀਆਂ, ਜਦੋਂ ਵੀ ਕੇਰਲਾ ਵਾਲੇ ਤਾਮਿਲਨਾਡੂ ਆਂਧਰਾ ਪ੍ਰਦੇਸ਼ ਵਾਲੀ ਦੇਖਦੇ ਰਹੇ ਉਹਨਾਂ ਨੂੰ, ਜਦੋਂ ਹੀ ਕੋਈ ਸਟੇਟ ਦਾ ਮੁੱਦਾ ਆ ਜਾਏ ਕਿ ਸਟੇਟ ਨੂੰ ਸਪੈਸ਼ਲ ਸਟੇਟਸ ਦੇਣਾ ਜਾਂ ਸਟੇਟ ਦਾ, ਸਾਡਾ ਪਤਾ ਹੀ ਨਹੀਂ ਕਿਵੇਂ ਕਦੋਂ ਉਹ ਗੱਲ ਕਰਦੇ ਸੀ, ਸਾਰੇ ਜਣੇ ਇਕੱਠੇ ਹੋ ਜਾਂਦੇ ਸੀ। ਇਹਦਾ ਬਹੁਤ ਪ੍ਰਭਾਵ ਪੈਂਦਾ ਫਿਰ ਉੱਥੇ ਲੋਕ ਸਮਝ ਕੇ ਸਾਰੇ ਇਕੱਠੇ ਹੋ ਜਾਂਦੇ ਨੇ ਬਈ ਇਹਨਾਂ ਦੀ ਮੰਗ ਮੰਨੀ। ਸੋ ਇਸੇ ਕਰਕੇ ਅਸੀਂ ਇਹ ਨਾ ਕਰੀਏ ਕਿ ਨਹੀਂ ਮੈਂ ਇਹਦੇ ਨਾਲ ਨਹੀਂ ਜਾਣਾ ਕਿਉਂਕਿ ਇਹਨੇ ਸਾਡੇ ਨਾਲ ਐਂ ਕੀਤਾ ਹੋਇਆ, ਮੈਂ ਉਹਦੇ ਨਾਲ ਨਹੀਂ ਜਾਣਾ, ਉਹ ਸਾਡੇ ਨਾਲ ਐਂ ਨਾ ਕਰਜੇ, ਇਹ ਗੱਲਾਂ ਜਿਹੜੀਆਂ ਅਸੀਂ ਛੱਡੀਏ। ਲੋਕਾਂ ਨੇ ਚੁਣਿਆ, ਮੈਂ ਤਾਂ ਇਹ ਕਹਿਣਾ ਹੁੰਦਾ, ਮੈਂ ਵਿਧਾਨ ਸਭਾ 'ਚ ਵੀ ਬੋਲਿਆ ਸੀ ਹੁਣੇ ਕਿ ਜਿੰਨੇ ਵੀ ਵਿਰੋਧੀ ਪਾਰਟੀ ਦੇ MLA ਨੇ ਉਹਨਾਂ ਦੇ ਵੀ ਆਪਾਂ ਕੰਮ ਉਨੇ ਹੀ ਕਰਨੇ ਨੇ, ਕਿਉਂਕਿ ਲਾਈਨ ਜਦੋਂ ਵੋਟਾਂ ਪਾਉਣ ਦੀ ਲੱਗੀ ਸੀ ਤਾਂ ਲਾਈਨ ਇੱਕੋ ਹੀ ਲੱਗੀ ਹੋਈ ਸੀ, 5 ਜਣੇ ਉਹਨਾਂ ਨੂੰ ਪਾ ਗਏ, 3 ਜਣੇ ਆਪਾਂ ਨੂੰ ਪਾ ਗਏ, ਉਹਨਾਂ ਵਾਲੇ ਵੱਧ ਗਏ ਤਾਂ ਉਹ ਜਿੱਤ ਗਏ, ਆਪਣੇ ਵਾਲੇ 3 ਨੇ ਆਪਾਂ ਦੂਜੇ ਨੰਬਰ 'ਤੇ ਆ ਗਏ, ਪਰ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਉਹ ਰੀਪ੍ਰਜੈਂਟੇਟਿਵ ਨਹੀਂ ਹੈਗੇ, ਉਹ ਪ੍ਰਤੀਨਿਧੀ ਨਹੀਂ ਹੈਗੇ। ਸੋ ਉਹਨਾਂ ਲਈ ਵੀ ਅਸੀਂ ਉਨੇ ਹੀ, ਮੈਂ ਆਪਣੇ ਮਨਿਸਟਰ ਸਾਹਿਬਾਨ ਨੂੰ, ਸਾਰੇ ਪ੍ਰਸ਼ਾਸਨ ਨੂੰ ਵੀ ਕਿਹਾ ਹੋਇਆ ਕੋਈ ਵੀ ਆਵੇ ਲੋਕਾਂ ਦਾ ਮਸਲਾ ਲੈ ਕੇ, ਭਾਵੇਂ ਜਿਹੜੀ ਪਾਰਟੀ ਨਹੀਂ ਪੁੱਛਣੀ, ਲੋਕਾਂ ਦਾ ਮਸਲਾ ਜਿਹੜਾ ਹੱਲ ਹੋ ਸਕਦਾ ਉਹ ਕਰੋ। ਸੋ ਇਹੀ ਇਹੀ ਹੈਲਦੀ ਜਿਹੜੀ ਡਿਬੇਟਸ, ਇਹੀ ਹੈਲਦੀ ਜਿਹੜਾ ਕ੍ਰਿਟੀਸਿਜ਼ਮ ਕਹਿ ਲਓ, ਇਹੀ ਲੋਕਤੰਤਰ ਜਿਹੜਾ ਉਹਨੂੰ ਮਜ਼ਬੂਤ ਆਪਾਂ ਕਰਨਾ। ਸੋ ਮੈਨੂੰ ਬਹੁਤ ਖੁਸ਼ੀ ਆ ਅੱਜ ਇੱਥੇ ਆ ਕੇ, ਕਿਉਂਕਿ ਵੈਸੇ ਵੀ ਅੰਮ੍ਰਿਤਸਰ ਸਾਹਿਬ ਜਦੋਂ ਜਾਈਦਾ ਗੁਰਦੁਆਰਾ ਸਾਹਿਬ ਤਾਂ ਉੱਥੇ ਤਾਂ ਕਿਸੇ ਨੂੰ ਪੁੱਛਿਆ ਨਹੀਂ ਜਾਂਦਾ ਕਿ ਤੂੰ ਕਿੱਥੋਂ ਆਇਆ, ਅਤੇ ਲੰਗਰ ਦੇ ਵਿੱਚ ਜਦੋਂ ਸੰਗਤ ਪੰਗਤ 'ਚ ਬਹਿੰਦੀ ਹੈ। ਸੋ ਬਾਕੀ ਲਿਖਿਆ ਫਕੀਰਾਂ ਨੇ ਕਿ ਉੱਥੇ ਅਮਲਾਂ ਦੇ ਹੋਣੇ ਨੇ ਨਵੇੜੇ, ਕਿਸੇ ਨੇ ਤੇਰੀ ਜਾਂਚ ਪੁੱਛਣੀ। ਸੋ ਜਿੰਨਾ ਟਾਈਮ ਸਾਨੂੰ ਲੋਕਾਂ ਨੇ ਦਿੱਤਾ ਹੈ ਆਪਣੇ ਕੀਮਤੀ ਸਮੇਂ 'ਚੋਂ ਸਮਾਂ ਕੱਢ ਕੇ ਵੋਟਾਂ ਪਾ ਕੇ ਮਤਦਾਨ, ਇਹਨੂੰ ਕਹਿੰਦੇ ਆ ਮਤਦਾਨ, ਮਤ ਹੋ ਗਿਆ ਅਕਲ, ਦਾਨ ਹੋ ਗਿਆ ਦਾਨ ਕਰਦਿਆਂ, ਮਤਲਬ ਲੋਕਾਂ ਨੇ ਆਪਣੀ ਅਕਲ ਦਾ ਦਾਨ ਕੀਤਾ ਆਪਾਂ ਨੂੰ, ਆਪਣੀ ਅਕਲ ਨੂੰ ਤਰਫ ਕਿਹਾ ਕਿ ਤੂੰ ਭਾਈ ਸਾਡੇ ਮੂਹਰੇ ਲੱਗ, ਤੂੰ ਸਾਡੇ ਅੱਗੇ ਲੱਗ, ਸਾਡੇ ਮਸਲੇ ਹੱਲ ਕਰ। ਅਤੇ ਜੇ ਤੁਸੀਂ ਲੋਕਾਂ ਦੀ ਅਕਲ ਦੇ ਦਾਨ ਨੂੰ ਕਿਸੇ ਗਲਤ ਜਗ੍ਹਾ 'ਤੇ ਵਰਤੋਗੇ, ਲੋਕਾਂ ਦੁਆਰਾ ਦਿੱਤੀ ਹੋਈ ਸ਼ਕਤੀ ਨੂੰ ਕਿਸੇ ਗਲਤ ਜਗ੍ਹਾ 'ਤੇ ਵਰਤੋਗੇ, ਤਾਂ ਫਿਰ ਲੋਕ ਜਿਹੜੇ ਨੇ ਉਹ ਮਾਫ਼ ਨਹੀਂ ਕਰਦੇ। ਲੋਕ ਪਤਾ ਨਹੀਂ ਕਦੋਂ
ਮੂਡ ਬਣਾਉਂਦੇ ਨੇ, ਪਰ ਇੰਨਾ ਮੈਨੂੰ ਪਤਾ ਲੋਕਤੰਤਰ ਚ ਹਮੇਸ਼ਾ ਲੋਕ ਬਚੇ ਹੁੰਦੇ ਨੇ। ਲੋਕ ਜਦੋਂ ਚਾਹੁਣ ਬੰਦਾ ਅਰਸ਼ਦੇ, ਲੋਕ ਜਦੋਂ ਚਾਹੁਣ ਬੰਦਾ ਫਰਸ਼ਦੇ। ਸੋ ਲੋਕਾਂ ਨੂੰ ਸਾਡਾ ਕਦੇ ਕੋਈ ਨਾ ਕਰਦਾ, ਸੋ ਬਹੁਤ ਬਹੁਤ ਤੁਹਾਡਾ ਧੰਨਵਾਦ ਹੈ। ਮੇਰਾ ਦਿਲ ਤਾਂ ਨਹੀਂ ਕਰਦਾ ਕਿ ਮੈਂ ਕਿਤੇ ਫੰਕਸ਼ਨ 'ਤੇ ਚਲਾ ਗਿਆ, ਐਮ ਪੀ ਸੁਖਪੁਰ ਨੇ ਅਤੇ ਮਾਲਵੇ 'ਚ ਚਲਾ ਗਿਆ। ਸਾਡੇ ਮਾਲਵੇ 'ਚ ਲੋਕ ਬਹੁਤ ਜ਼ਿਆਦਾ ਜਵਾਬ ਹਾਲ ਜਵਾਬੀ ਨੇ ਬਹੁਤ। ਉਹ ਮੈਂ ਕਿਤੇ ਕਹਿ ਬੈਠਾ ਫੰਕਸ਼ਨ ਦੇ ਅਖੀਰ 'ਚ, ਮੈਂ ਕਿਹਾ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਕਿ ਤੁਸੀਂ ਆਪਣੇ ਕੀਮਤੀ ਸਮੇਂ 'ਚੋਂ ਸਮਾਂ ਕੱਢਿਆ। ਇੱਕ ਬਜ਼ੁਰਗ ਅੱਗੇ ਖੜਾ ਹੋਇਆ, ਕਹਿੰਦਾ ਪੁੱਤ ਕੋਈ ਕੀਮਤੀ ਕੂਮਤੀ ਨਹੀਂ, ਇੱਥੇ ਬੈਠੇ ਹੁੰਦੇ ਹਾਂ, ਵੈਸੇ ਖੇਡੇ ਜੇ ਬੈਠੇ ਹੁੰਦੇ ਹਾਂ, ਤੇਰੇ ਕਰਕੇ ਇਕੱਠੇ ਹੋ ਗਏ। ਕਹਿੰਦਾ ਸ਼ਾਮ ਨੂੰ ਆਥਰੇ 5 ਵਜੇ ਫੇਰ ਆ ਜੀ, ਫੇਰ ਇੰਨੀ ਹੋਵਾਂਗੇ। ਮੈਂ ਤਾਂ ਫਿਰ ਦੋਵੇਂ ਕਹਿਣ ਨੂੰ ਹੱਟ ਗਿਆ, ਕੀਮਤੀ ਸਮੇਂ 'ਚੋਂ ਸਮਾਂ ਕੱਢਿਆ। ਮੈਂ ਤਾਂ ਇਹ ਕਹਿ ਦੇਣਾ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣੀ ਕਬੀਲਦਾਰੀ ਦੇ ਸਮੇਂ 'ਚੋਂ ਸਮਾਂ ਕੱਢਿਆ। ਇਨਕਲਾਬ ਜ਼ਿੰਦਾਬਾਦ।